ਜਸਬੀਰ ਭੁੱਲਰ ਦੀ ਬਾਲ ਸਾਹਿਤ ਲੇਖਕ ਵਜੋਂ ਇਹ ਪੁਸਤਕ ਹੈ ਬਿਸਕੁਟੀ ਕੁੱਤੀ ਅਤੇ ਪੰਜਵਾਂ ਕਤੂਰਾ ਅਤੇ ਹੋਰ ਕਹਾਣੀਆਂ। ਪਹਿਲੀ ਕਹਾਣੀ ਕਾਲੇ ਛਿੱਟੇ। ਨੌਕਰਾਣੀ ਦੇ ਰਹਿਣ ਲਈ ਬਣਿਆ ਹੋਇਆ ਕਮਰਾ ਨਿੱਕਾ ਅਤੇ ਹੁੱਸੜ ਭਰਿਆ ਸੀ। ਗਰਮੀ ਦਿਨ ਬ ਦਿਨ ਵੱਧ ਰਹੀ ਸੀ। ਉਸ ਕਮਰੇ ਵਿੱਚ ਪੱਖਾ ਨਹੀਂ ਸੀ। ਘਰ ਵਿੱਚ ਇੱਕ ਪੁਰਾਣਾ ਪੱਖਾ ਚਿਰਾਂ ਤੋਂ ਖਰਾਬ ਪਿਆ ਹੋਇਆ ਸੀ। ਮਿਸਿਜ਼ ਰਾਸ਼ੀ ਖੰਨਾ ਨੇ ਪੱਖਾ ਠੀਕ ਕਰਵਾ ਕੇ ਉਸ ਕਮਰੇ ਵਿੱਚ ਲਗਵਾ ਦਿੱਤਾ। ਗੀਤਾ ਪੱਖਾ ਲੱਗਾ ਵੇਖ ਕੇ ਖੁਸ਼ ਹੋ ਗਈ। ਉਹ ਚਾਈ ਚਾਈ ਕਮਰੇ ਨੂੰ ਸਵਾਰਨ ਲੱਗ ਪਈ। ਕਮਰਾ ਸਾਫ਼ ਸੁਥਰਾ ਹੋ ਗਿਆ। ਉਹ ਪੱਖਾ ਚਲਾ ਕੇ ਮੰਜੇ ਦੀ ਹੀਂ ਉੱਤੇ ਬੈਠ ਗਈ। ਠੰਡੀ ਹਵਾ ਸੁਖਾਵੀ ਲੱਗ ਰਹੀ ਸੀ। ਗੀਤਾ ਬੈਠੀ ਬੈਠੀ ਉਂਘਣ ਲੱਗ ਪਈ। ਉਹ ਬਿਸਤਰੇ ਉੱਤੇ ਲੰਮੇ ਪੈ ਗਈ ਅਤੇ ਫਿਰ ਗੂੜ੍ਹੀ ਨੀਂਦ ਵਿੱਚ ਲੈ ਗਈ। ਉਹ ਅਚਾਨਕ ਤ੍ਰਭਕ ਕੇ ਉੱਠ ਬੈਠੀ। ਦੁਪਹਿਰ ਢਲ ਚੁੱਕੀ ਸੀ। ਸ਼ਾਮ ਦੀ ਪਰਛਾਵੇਂ ਲੰਮੇ ਹੋ ਗਏ ਸਨ। ਗੀਤਾ ਨੇ ਰਾਸ਼ੀ ਅਤੇ ਪਰਿਵਾਰ ਲਈ ਚਾਹ ਬਣਾਉਣੀ ਸੀ। ਉਸ ਤੋਂ ਪਿੱਛੋਂ ਉਹਨੇ ਰਾਤ ਦੀ ਰੋਟੀ ਦਾ ਆਹਰ ਕਰਨਾ ਸੀ। ਉਹਨੂੰ ਦੇਰ ਹੋ ਗਈ ਸੀ। ਉਹ ਹਫੀ ਹੋਈ ਪਹੁੰਚੀ ਤਾਂ ਰਾਸ਼ੀ ਉਹਨੂੰ ਵੇਖ ਕੇ ਹੱਸਣ ਲੱਗ ਪਈ। ਗੀਤਾ ਦੇ ਕੱਪੜਿਆਂ ਉੱਤੇ ਥਾਂ ਥਾਂ ਕਾਲੇ ਰੰਗ ਦੇ ਛਿੱਟੇ ਪਏ ਹੋਏ ਸਨ। ਗੀਤਾ ਨੇ ਕਾਲ ਵਿੱਚ ਆਪਣੇ ਆਪ ਵੱਲ ਵੇਖਿਆ ਹੀ ਨਹੀਂ ਸੀ। ਆਪਣੇ ਵੱਲ ਧਿਆਨ ਗਿਆ ਤਾਂ ਗੀਤਾ ਸਹਿਮ ਗਈ। ਉਸ ਕਿਹਾ, ਬੀਬੀ ਜੀ, ਪਹਿਲਾਂ ਉਹ ਕਮਰਾ ਬਹੁਤ ਦਿਨਾਂ ਤੱਕ ਖਾਲੀ ਵੀ ਰਿਹਾ ਏ। ਉੱਥੇ ਜ਼ਰੂਰ ਭੂਤ ਆ ਕੇ ਰਹਿਣ ਲੱਗ ਪਏ ਨੇ। ਕਮਲੀ ਨਾ ਬਣ। ਨਹੀਂ ਬੀਬੀ ਜੀ, ਮੈਂ ਹੁਣ ਉਸ ਕਮਰੇ 'ਚ ਨਹੀਂ ਰਹਿਣਾ। ਗੀਤਾ ਦਾ ਇਰਾਦਾ ਪੱਕਾ ਸੀ। ਫਿਰ ਕਿੱਥੇ ਰਹੇਂਗੀ? ਮੈਨੂੰ ਨਹੀਂ ਪਤਾ, ਪਰ ਮੈਂ ਭੂਤਾਂ ਹੱਥੋਂ ਅਣਿਆਈ ਮੌਤੇ ਨਹੀਂ ਮਰਨਾ। ਰਾਸ਼ੀ ਖੰਨਾ ਲਈ ਨਵੀਂ ਚਿੰਤਾ ਖੜੀ ਹੋ ਗਈ। ਉਹ ਕੀ ਕਰੇ ਹੁਣ? ਗੀਤਾ ਘਰ ਦੇ ਕੰਮ 'ਚ ਰੁੱਝੀ ਹੋਈ ਸੀ। ਰਾਸ਼ੀ ਖੰਨਾ ਉੱਠ ਕੇ ਗੀਤਾ ਦੇ ਕਮਰੇ ਵੱਲ ਤੁਰ ਪਈ। ਉਹਨੇ ਕਮਰੇ ਨੂੰ ਗੌਹ ਨਾਲ ਵੇਖਿਆ। ਕਮਰੇ ਦੀਆਂ ਕੰਧਾਂ ਉੱਤੇ ਵੀ ਕਾਲੇ ਛਿੱਟੇ ਪਏ ਹੋਏ ਸਨ। ਬਿਸਤਰੇ ਦੀ ਚਾਦਰ ਉੱਤੇ ਵੀ ਕਾਲੇ ਛਿੱਟੇ ਸਨ। ਰਾਸ਼ੀ ਖੰਨਾ ਕੁਝ ਚਿਰ ਸੋਚੀ ਪਈ ਰਹੀ। ਅਚਾਨਕ ਉਹਨੇ ਭੂਤ ਦਾ ਭੇਤ ਪਾ ਲਿਆ। ਉਹਨੇ ਬਿਸਤਰੇ ਦੀ ਚਾਦਰ ਪੁੱਠੀ ਕਰਕੇ ਵਿਛਾ ਦਿੱਤੀ। ਕਮਰੇ ਵਿੱਚੋਂ ਆਉਣ ਲੱਗਿਆਂ ਉਹਨੇ ਪੱਖਾ ਚਲਾ ਦਿੱਤਾ। ਰਾਸ਼ੀ ਖੰਨਾ ਜਾਣਦੀ ਸੀ ਗੀਤਾ ਦੇ ਮਨ 'ਚ ਵਹਿਮਾਂ ਭਰਮਾਂ ਦੀਆਂ ਗੁੰਝਲਾਂ ਪਈਆਂ ਹੋਈਆਂ ਸਨ। ਉਹਨਾਂ ਗੁੰਝਲਾਂ ਨੂੰ ਸੁਲਝਾਉਣ ਦੀ ਲੋੜ ਸੀ। ਵਾਪਸ ਪਹੁੰਚ ਕੇ ਰਾਸ਼ੀ ਖੰਨਾ ਨੇ ਗੀਤਾ ਨੂੰ ਦੱਸਿਆ, ਭਲਕ ਤੱਕ ਭੂਤ ਤੋਂ ਨਜਾਤ ਮਿਲ ਜੂ। ਗੀਤਾ ਡਾਂਡੀ ਡਰੀ ਹੋਈ ਸੀ। ਉਸ ਰਾਤ ਉਹ ਕੰਮ ਮੁਕਾ ਕੇ ਆਪਣੇ ਕਮਰੇ 'ਚ ਨਹੀਂ ਗਈ। ਉੱਥੇ ਹੀ ਥਾਂ ਲੱਭ ਕੇ ਸੌਂ ਗਈ। ਅਗਲੀ ਸਵੇਰ ਦੇ ਪਹੁ ਫੁਟਾਲੇ ਨੇ ਘਰ ਨੂੰ ਚਾਨਣ ਨਾਲ ਭਰ ਦਿੱਤਾ। ਐਤਵਾਰ ਦਾ ਦਿਨ ਸੀ। ਰਾਸ਼ੀ ਦੇ ਪਤੀ ਮੁਕਲ ਖੰਨਾ ਨੇ ਅੱਜ ਖੂਬ ਸੌਣਾ ਸੀ। ਰਾਸ਼ੀ ਖੰਨਾ ਨੇ ਉਹਨੂੰ ਝੰਝੋੜ ਝੰਝੋੜ ਕੇ ਜਗਾ ਦਿੱਤਾ। ਜੀ, ਕਿਵੇਂ ਬੇਫਿਕਰ ਹੋ ਕੇ ਸੁੱਤੇ ਹੋਇਓ? ਉੱਠੋ, ਗੀਤਾ ਦੇ ਕਮਰੇ 'ਚ ਭੂਤ ਆ ਵੜੇ ਨੇ। ਮੁਕਲ ਖੰਨਾ ਨੇ ਹੈਰਾਨ ਹੋ ਕੇ ਅੱਖਾਂ ਉਗੇੜੀਆਂ। ਭੂਤ ਆ ਵੜੇ ਨੇ? ਹਾਂ, ਰਾਸ਼ੀ ਖੰਨਾ ਸ਼ਰਾਰਤੀ ਹਾਸਾ ਹੱਸੀ ਅਤੇ ਕੱਲ੍ਹ ਦੀ ਗੱਲ ਮੁਕਲ ਨੂੰ ਕਹਿ ਸੁਣਾਈ। ਚਲੋ, ਅੱਜ ਵੇਹਨੇ ਹਾਂ ਭੂਤ ਵੀ। ਉਹ ਦੋਵੇਂ ਭੂਤਾਂ ਵਾਲੇ ਕਮਰੇ ਵੱਲ ਤੁਰ ਪਏ। ਦਿਨ ਵੇਲੇ ਗੀਤਾ ਨੂੰ ਭੂਤਾਂ ਤੋਂ ਖਤਰਾ ਨਹੀਂ ਸੀ। ਉਹ ਵੀ ਪਿੱਛੇ ਪਿੱਛੇ ਚੱਲ ਪਈ। ਕਮਰੇ ਵਿੱਚ ਪੱਖਾ ਪੂਰੀ ਗਤੀ ਨਾਲ ਘੁੰਮ ਰਿਹਾ ਸੀ। ਰਾਸ਼ੀ ਖੰਨਾ ਨੇ ਬਰੂਹਾਂ ਵਿੱਚ ਖਲੋ ਕੇ ਵੇਖਿਆ। ਪੁੱਠੀ ਵਿਛੀ ਚਾਦਰ ਉੱਤੇ 20 ਕਾਲੇ ਛਿੱਟੇ ਪਏ ਹੋਏ ਸਨ। ਰਾਸ਼ੀ ਖੰਨਾ ਕਮਰੇ 'ਚ ਚਲੀ ਗਈ। ਉਹਨੇ ਚਾਦਰ ਦੇ ਕਾਲੇ ਛਿੱਟੇ ਉੱਤੇ ਪੋਟਾ ਘਸਾਇਆ ਅਤੇ ਪੋਟਾ ਨੱਕ ਕੋਲ ਲਿਜਾ ਕੇ ਸੁੰਘਿਆ। ਉਹਨੂੰ ਮਿੱਟੀ ਦੇ ਤੇਲ ਦੀ ਹਮਕ ਆਈ। ਲੱਗਾ ਕੁਛ ਪਤਾ? ਮੁਕਲ ਖੰਨਾ ਨੇ ਪੁੱਛਿਆ। ਹਾਂ,
ਮੈਨੂੰ ਪਤਾ ਲੱਗ ਗਿਆ ਕਿ ਭੂਤ ਨੂੰ ਕਿਸ ਤਰ੍ਹਾਂ ਨਸਾਉਣਾ ਹੈ। ਕਿਸ ਤਰ੍ਹਾਂ? ਰਾਸ਼ੀ ਖੰਨਾ ਨੇ ਸਵਿੱਚ ਬੋਰਡ ਕੋਲ ਜਾ ਕੇ ਪੱਖੇ ਦਾ ਸਵਿੱਚ ਬੰਦ ਕਰ ਦਿੱਤਾ। ਹੁਣ ਭੂਤ ਕਮਰੇ ਵਿੱਚੋਂ ਨੱਸ ਗਿਆ ਹੈ, ਕੱਪੜਿਆਂ ਉੱਤੇ ਕਾਲੇ ਛਿੱਟੇ ਨਹੀਂ ਡਿੱਗਣਗੇ। ਅਗਲੇ ਛਿਣ ਰਾਸ਼ੀ ਨੇ ਸਵਿੱਚ ਮੁੜ ਆਨ ਕਰ ਦਿੱਤਾ। ਲਓ, ਭੂਤ ਫਿਰ ਆ ਗਿਆ। ਰਾਸ਼ੀ ਖੰਨਾ ਮੁਕਲ ਅਤੇ ਗੀਤਾ ਵੱਲ ਵੇਖ ਕੇ ਹੱਸੀ। ਇਸ ਪੱਖੇ ਨੂੰ ਮਕੈਨਿਕ ਨੇ ਜਿਹੜੀ ਤਾਜ਼ੀ ਤਾਜ਼ੀ ਗਰੀਸ ਦਿੱਤੀ ਹੈ, ਉਸ ਵਿੱਚ ਤੇਲ ਦੀ ਮਾਤਰਾ ਕੁਝ ਵੱਧ ਹੈ। ਪੱਖਾ ਚੱਲਣ ਨਾਲ ਗਰੀਸ ਕੁਝ ਹੋਰ ਪਤਲੀ ਪੈ ਜਾਂਦੀ ਹੈ, ਗਰੀਸ ਦੇ ਛਿੱਟੇ ਚੁਫੇਰੇ ਡਿੱਗਣ ਲੱਗ ਪੈਂਦੇ ਹਨ। ਇਸੇ ਕਰਕੇ ਕੰਧਾਂ ਉੱਤੇ ਵੀ ਕਾਲੇ ਛਿੱਟੇ ਨੇ ਅਤੇ ਬਿਸਤਰੇ ਦੀ ਚਾਦਰ ਉੱਤੇ ਵੀ। ਬਸ ਇਹੋ ਸੀ ਗੀਤਾ ਦਾ ਭੂਤ। ਮੁਕਲ ਖੰਨਾ ਅਤੇ ਗੀਤਾ ਹੱਸਣ ਲੱਗ ਪਏ। ਗੀਤਾ ਕੁਝ ਵਧੇਰੇ ਹੀ ਖੁਸ਼ ਸੀ, ਉਹਨੇ ਭੂਤ ਪ੍ਰੇਤਾਂ ਦੇ ਸੱਚ ਨੂੰ ਹਮੇਸ਼ਾ ਲਈ ਜਾਣ ਲਿਆ ਸੀ। ਧੰਨਵਾਦ। ਅਗਲੀ ਕਹਾਣੀ ਹੈ ਉੱਤਿਆ ਹੋਇਆ ਆਵਾ। ਮਾਸਟਰ ਕੁੰਦਨ ਲਾਲ ਫਤਿਹਾਬਾਦ ਰਹਿੰਦਾ ਸੀ। ਖਵਾਸਪੁਰ ਦੇ ਸਕੂਲ ਤੋਂ ਉਹ ਪੈਂਡਾ ਮਸਾਂ 2 ਕੁ ਮੀਲ ਦਾ ਸੀ। ਵਿਦਿਆਰਥੀਆਂ ਦੀਆਂ ਸਕੂਲ ਦੇ ਕੰਮ ਵਾਲੀਆਂ ਕਾਪੀਆਂ ਉਹਦੇ ਘਰ ਪਈਆਂ ਸਨ। ਮਾਸਟਰ ਜੀ ਨੇ ਬੀਰੇ, ਭਜਨੇ ਅਤੇ ਘੁੱਲੇ ਨੂੰ ਕਾਪੀਆਂ ਲਿਆਉਣ ਲਈ ਫਤਿਹਾਬਾਦ ਭੇਜ ਦਿੱਤਾ। ਉਹਨਾਂ ਤਿੰਨਾਂ ਦਾ ਦਿਨ ਛੁੱਟੀ ਵਰਗਾ ਹੋ ਗਿਆ। ਉਸ ਰਾਹ ਉੱਤੇ ਫਤਿਹਾਬਾਦ ਦੇ ਨੇੜੇ 2 ਆਵੇ ਸਨ। ਅੱਧਾ ਕੁ ਪੈਂਡਾ ਮੁੱਕਿਆ ਤਾਂ ਉਹ ਆਵੇ ਦਿਸਣ ਲੱਗ ਪਏ। ਇੱਕ ਆਵਾ ਥੇ ਵਾਂਗ ਸੀ, ਦੂਜਾ ਆਵਾ ਪਹਾੜ ਜਿਹਾ ਸੀ। ਉਹਨੇ ਸੁਣਿਆ ਹੋਇਆ ਸੀ ਕਿ ਪਹਿਲੋਂ ਉੱਥੇ ਆਵੇ ਨਹੀਂ ਸਨ ਹੁੰਦੇ, ਫਿਰ ਘੁਮਿਆਰਾਂ ਨੇ ਬਾਹਰੋਂ ਕਿਧਰੋਂ ਆ ਕੇ ਉੱਚੇ ਕੱਚੇ ਕੋਠੇ ਪਾ ਲਏ। ਉਹ ਉੱਥੇ ਭਾਂਡੇ ਬਣਾਉਣ ਲੱਗ ਪਏ। ਮਿੱਟੀ ਦੇ ਕੱਚੇ ਭਾਂਡਿਆਂ ਨੂੰ ਉਹ ਅੱਗ ਵਿੱਚ ਪਕਾਉਂਦੇ ਸਨ। ਉਸ ਬਾਲਣ ਦੀ ਸਵਾਦ ਅਤੇ ਟੁੱਟੇ ਭਾਂਡਿਆਂ ਦੇ ਠੀਕਰੇ ਉੱਥੇ ਜਮ੍ਹਾਂ ਹੁੰਦੇ ਰਹਿੰਦੇ ਸਨ। ਪਹਿਲਾਂ ਉਸ ਮਲਬੇ ਨੇ ਟਿੱਬੇ ਦਾ ਰੂਪ ਧਾਰਿਆ ਅਤੇ ਫਿਰ ਹੌਲੀ ਹੌਲੀ ਉਹ ਟਿੱਬਾ ਪਹਾੜ ਜਿੱਡਾ ਹੋ ਗਿਆ। ਘੁਮਿਆਰਾਂ ਨੇ ਥਾਂ ਬਦਲ ਲਈ। ਉਹ ਉਸ ਆਵੇ ਦੇ ਨੇੜੇ ਦੂਸਰੀ ਥਾਵੇਂ ਭਾਂਡੇ ਪਕਾਉਣ ਲੱਗ ਪਏ। ਫਿਰ ਘੁਮਿਆਰ ਉੱਥੋਂ ਚਲੇ ਗਏ ਸਨ। ਜਿੱਥੋਂ ਚੀਕਣੀ ਮਿੱਟੀ ਪੁੱਟ ਕੇ ਉਹ ਭਾਂਡੇ ਬਣਾਉਂਦੇ ਸਨ, ਉੱਥੇ ਡੂੰਘਾ ਛੱਪੜ ਬਣ ਗਿਆ। ਵਕਤ ਬੀਤਣ ਨਾਲ ਆਵਿਆਂ ਉੱਤੇ ਘਾਹ ਉੱਗ ਪਿਆ, ਟਾਵੀਆਂ ਟਾਵੀਆਂ ਝਾੜੀਆਂ ਵੀ ਦਿਸਣ ਲੱਗ ਪਈਆਂ। ਆਵਿਆਂ ਨੂੰ ਵੇਖ ਕੇ ਤਿੰਨਾਂ ਬੇਲੀਆਂ ਦਾ ਰੌਂ ਮੌਜ ਮੇਲੇ ਵਾਲਾ ਹੋ ਗਿਆ। ਉਹ ਆਪਣਾ ਕੰਮ ਭੁੱਲ ਗਏ। ਆਵਿਆਂ ਉੱਤੇ ਚੜ੍ਹਨਾ ਉਹਨਾਂ ਲਈ ਖੇਡ ਵਾਂਗ ਸੀ। ਭਜਨੇ ਨੇ ਕਿਹਾ, ਅੱਜ ਆਪਾਂ ਦੌੜ ਕੇ ਉੱਪਰ ਚੜ੍ਹਾਂਗੇ, ਵਹਿੰਦਿਆਂ ਕੌਣ ਪਹਿਲੋਂ ਪਹੁੰਚਦਾ। ਘੁੱਲੇ ਨੇ ਨੰਨਾ ਪਾ ਦਿੱਤਾ, ਯਾਰ ਮੇਰੀ ਤਾਂ ਜੁੱਤੀ ਥੋੜ੍ਹੀ ਥੋੜ੍ਹੀ ਲੱਗਦੀ ਹੈ, ਜੇ ਮੈਂ ਨੱਸ ਕੇ ਚੜ੍ਹਿਆ ਤਾਂ ਪੈਰ ਛਿੱਲਿਆ ਜਾਊ। ਕੁਛ ਨਹੀਂ ਹੁੰਦਾ ਤੇਰੇ ਪੈਰ ਨੂੰ, ਤੂੰ ਜੁੱਤੀ ਲਾਹ ਕੇ ਹੱਥ 'ਚ ਫੜ ਲੈ। ਘੁੱਲੇ ਨੇ ਜੁੱਤੀ ਪੈਰੋਂ ਉਤਾਰ ਕੇ ਹੱਥ ਵਿੱਚ ਫੜ ਲਈ। ਆਵੇ ਦੇ ਐਨ ਨੇੜੇ ਜਾ ਕੇ ਉਹ ਤਿੰਨੇ ਇੱਕ ਕਤਾਰ 'ਚ ਖਲੋ ਗਏ। ਭਜਨੇ ਨੇ ਹੱਥ ਉਤਾਂ ਚੁੱਕਿਆ ਅਤੇ ਉੱਚੀ ਆਵਾਜ਼ 'ਚ ਬੋਲਿਆ, 1, 2, 3। ਤਿੰਨ ਅਜੇ ਅੱਧਾ ਕੁ ਭਜਨੇ ਦੇ ਮੂੰਹ 'ਚ ਹੀ ਸੀ ਕਿ ਇੱਕ ਦੂਜੇ ਨੂੰ ਧੱਕ ਕੇ ਪਰਾਂ ਕਰਦੇ ਹੋਏ ਉਹ ਵਾਹੋ ਦਾ ਹੀ ਦੌੜ ਪਏ। ਸਿਖਰ ਉੱਤੇ ਪਹਿਲਾਂ ਪਹੁੰਚਣ ਦੀ ਹੋੜ ਵਿੱਚ ਉਹਨਾਂ ਇੱਕ ਦੂਜੇ ਦੇ ਝੱਗੇ ਵੀ ਖਿੱਚੇ ਅਤੇ ਬਾਹਾਂ ਵੀ। ਉਹ ਹਫੇ ਹੋਏ ਸਿਖਰ 'ਤੇ ਪਹੁੰਚ ਗਏ। ਚੋਟੀ ਪਹਿਲੋਂ ਕਿਹਨੇ ਸਰ ਕੀਤੀ ਸੀ? ਰੋਲ ਕੁਚੋਲੇ 'ਚ ਨਤੀਜਾ ਗੁਆਚ ਗਿਆ। ਉਹਨਾਂ ਦੇ ਆਵੇ ਉੱਤੇ ਪਹੁੰਚਣ ਤੋਂ ਪਹਿਲਾਂ ਹੀ 14-15 ਵਰ੍ਹਿਆਂ ਦਾ ਇੱਕ ਮੁੰਡਾ ਉੱਥੇ ਖੜ੍ਹਾ ਸੀ। ਉਹਨੇ ਹੱਥਾਂ ਨਾਲ ਇੱਕ ਟਾਇਰ ਸੰਭਾਲਿਆ ਹੋਇਆ ਸੀ। ਉਹ ਟਾਇਰ ਟਰੱਕ ਦਾ ਸੀ। ਇੰਨਾ ਭਾਰਾ ਟਾਇਰ ਉਹ ਪਤਾ ਨਹੀਂ ਕਿਸ ਤਰ੍ਹਾਂ ਆਵੇ ਉੱਤੇ ਲੈ ਕੇ ਆਇਆ ਹੋਊ। ਬੀਰੇ, ਭਜਨੇ ਅਤੇ ਘੁੱਲੇ ਨੂੰ ਵੇਖ ਕੇ ਉਹ ਮੁੰਡਾ ਖੁਸ਼ ਹੋ ਗਿਆ। ਉਹਨੂੰ ਉਹਨਾਂ ਤਿੰਨਾਂ ਦੀ ਸਹਾਇਤਾ ਦੀ ਲੋੜ ਸੀ। ਉਸ ਨੇ ਹੁੱਬ ਕੇ ਦੱਸਿਆ ਕਿ ਕੁਝ ਦਿਨਾਂ ਤੱਕ ਉਹਨੇ ਪਿੰਡ ਵਾਲਿਆਂ ਦੇ ਸਾਹਮਣੇ ਇੱਕ ਤਮਾਸ਼ਾ ਕਰਨਾ ਸੀ। ਜੇ ਤਮਾਸ਼ਾ ਵਧੀਆ ਹੋ ਗਿਆ ਤਾਂ ਪਿੰਡ ਵਾਲੇ ਉਹਨੂੰ ਇਨਾਮ ਵੀ ਦੇਣਗੇ ਅਤੇ ਉਹਦੀ ਬੱਲੇ ਬੱਲੇ ਵੀ ਹੋਊ। ਉਹ ਮੁੰਡਾ ਤਮਾਸ਼ੇ ਦਾ ਅਭਿਆਸ ਕਰਨ ਲਈ ਹੀ ਆਵੇ ਉੱਤੇ ਚੜ੍ਹਿਆ ਸੀ। ਉਸਨੇ ਟਾਇਰ 'ਚ ਬੈਠ ਕੇ ਆਵੇ ਦੇ ਸਿਖਰ ਉੱਤੋਂ ਰਿੜਨਾ ਸੀ
ਤੇ ਹੇਠਾਂ ਤੱਕ ਜਾਣਾ ਸੀ। ਉਹਦੇ ਕੋਲੋਂ ਟਾਇਰ ਵਿੱਚ ਵੜ ਕੇ ਬੈਠਾ ਨਹੀਂ ਸੀ ਜਾ ਰਿਹਾ। ਉਹਨੂੰ ਦੋ ਜਣੇ ਚਾਹੀਦੇ ਸਨ ਜਿਹੜੇ ਟਾਇਰ ਨੂੰ ਫੜ ਕੇ ਸਿੱਧਾ ਖੜਾ ਰੱਖਣ ਅਤੇ ਉਹ ਟਾਇਰ ਵਿੱਚ ਗੁੱਛਾ ਮੁੱਛਾ ਹੋ ਕੇ ਬੈਠ ਜਾਵੇ। ਉਸ ਮੁੰਡੇ ਨੇ ਟਾਇਰ ਨੂੰ ਸਿੱਧਾ ਖੜਾ ਕੀਤਾ। ਵੀਰੇ ਅਤੇ ਭਜਨੇ ਨੇ ਟਾਇਰ ਨੂੰ ਫੜ ਲਿਆ। ਘੁੱਲੇ ਨੇ ਪਿਛਲੇ ਪਾਸਿਓਂ ਟਾਇਰ ਨੂੰ ਸੰਭਾਲ ਲਿਆ। ਮੁੰਡਾ ਟਾਇਰ 'ਚ ਗੁੱਛਾ ਮੁੱਛਾ ਹੋ ਕੇ ਬੈਠ ਗਿਆ। ਉਸਨੇ ਟਾਇਰ ਨੂੰ ਨਿਵਾਨ ਵੱਲ ਰੇੜਨ ਲਈ ਆਖਿਆ। ਟਾਇਰ ਨੇ ਰਿੜਨ ਸਾਰੀ ਗਤੀ ਫੜ ਲਈ। ਟਾਇਰ ਹਵਾ 'ਚ ਉੱਛਲਦਾ ਹੋਇਆ ਤੇਜ਼ ਹੋਰ ਤੇਜ਼ ਹੋ ਗਿਆ। ਭਜਨੇ, ਘੁੱਲੇ ਅਤੇ ਵੀਰੇ ਭਾਣੇ, ਉਹ ਨਿਰਾ ਸ਼ੁਗਲ ਸੀ। ਉਹਨਾਂ ਉੱਚੀ ਉੱਚੀ ਰੌਲਾ ਪਾ ਕੇ ਮੁੰਡੇ ਨੂੰ ਹੱਲਾ ਸ਼ੇਰੀ ਦਿੱਤੀ। ਅਚਨਚੇਤੀ ਰਾਹ ਦੇ ਕਿਸੇ ਰੋੜੇ ਜਾਂ ਠੀਕਰੇ ਨਾਲ ਵੱਜ ਕੇ ਟਾਇਰ ਦੀ ਦਿਸ਼ਾ ਬਦਲ ਗਈ। ਟਾਇਰ ਬੁੜਕਦਾ ਹੋਇਆ ਛੱਪੜ 'ਚ ਜਾ ਵੜਿਆ। ਛੱਪੜ ਦੇ ਪਾਣੀ 'ਚ ਕੁਝ ਅਗਾਂਹ ਜਾ ਕੇ ਟਾਇਰ ਟੇਢਾ ਹੋ ਗਿਆ। ਕੁਛ ਪਾਣੀ ਉਤਾਂਹ ਨੂੰ ਉਛਲਿਆ ਅਤੇ ਫਿਰ ਚੁੱਪ ਵਰਤ ਗਈ। ਕੁਝ ਚਿਰ ਲਈ ਨਾ ਉਹ ਮੁੰਡਾ ਹੀ ਦਿਸਿਆ ਅਤੇ ਨਾ ਟਾਇਰ। ਜਾਪਿਆ ਦੋਵੇਂ ਡੁੱਬ ਗਏ ਸਨ। ਤਿੰਨਾਂ ਬੇਲੀਆਂ ਦੇ ਸਾਹ ਸੂਤੇ ਗਏ। ਉਹ ਆਵੇ ਤੋਂ ਹੇਠਾਂ ਵੱਲ ਦੌੜੇ। ਉਹ ਹੇਠਾਂ ਪਹੁੰਚੇ ਵੀ ਨਹੀਂ ਸਨ ਕਿ ਛੱਪੜ ਵਿੱਚੋਂ ਸਿਰ ਬਾਹਰ ਆਇਆ। ਅਗਲੇ ਛਿਣ ਚੀਕਣੀ ਮਿੱਟੀ ਦਾ ਬਣਿਆ ਹੋਇਆ ਪੁਤਲਾ ਪੂਰੇ ਦਾ ਪੂਰਾ ਦਿਸਣ ਲੱਗ ਪਿਆ। ਮੁੰਡੇ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਚਿੱਕੜ ਚੋ ਰਿਹਾ ਸੀ। ਉਸਨੇ ਝੁੱਕ ਕੇ ਟਾਇਰ ਨੂੰ ਦੋਵਾਂ ਹੱਥਾਂ 'ਚ ਫੜ ਲਿਆ ਅਤੇ ਧੂ ਕੇ ਛੱਪੜ ਤੋਂ ਬਾਹਰ ਲੈ ਆਇਆ। ਮੁੰਡੇ ਨੂੰ ਜਿਉਂਦਿਆਂ ਵੇਖ ਕੇ ਉਹਨਾਂ ਦੀ ਜਾਨ 'ਚ ਜਾਨ ਆਈ। ਮੁੰਡਾ ਲੰਗੜਾ ਕੇ ਤੁਰ ਰਿਹਾ ਸੀ, ਪਰ ਉਹਦੇ ਗੰਭੀਰ ਸੱਟਾਂ ਨਹੀਂ ਸਨ ਲੱਗੀਆਂ। ਉਸਨੇ ਦੋਹਾਂ ਹੱਥਾਂ ਨਾਲ ਸਰੀਰ ਤੋਂ ਚਿੱਕੜ ਪੂੰਝਿਆ। ਚਿੱਕੜ ਚੋਣਾ ਬੰਦ ਹੋ ਗਿਆ। ਮੁੰਡਾ ਅਜੇ ਵੀ ਲਿਬੜਿਆ ਹੋਇਆ ਭੂਤ ਦਿਸ ਰਿਹਾ ਸੀ। ਮੁੰਡੇ ਦਾ ਰੰਗ ਪੀਲਾ ਪਿਆ ਹੋਇਆ ਸੀ ਅਤੇ ਉਸਦੇ ਚਿਹਰੇ ਉੱਤੇ ਘਬਰਾਹਟ ਸੀ। ਮੌਤ ਉਹਦੇ ਨਾਲ ਖਹਿ ਕੇ ਲੰਘੀ ਸੀ। ਉਹ ਹਫਿਆ ਹੋਇਆ ਟਾਇਰ ਉੱਤੇ ਬੈਠ ਗਿਆ। ਆਪਾ ਕੁਝ ਸੰਭਲਿਆ ਤਾਂ ਮੁੰਡਾ ਉੱਠ ਕੇ ਖਲੋ ਗਿਆ। ਉਸਨੇ ਟਾਇਰ ਭੁੰਜਿਓਂ ਚੁੱਕ ਕੇ ਖੜਾ ਕੀਤਾ ਅਤੇ ਰੇੜਦਾ ਹੋਇਆ ਉੱਥੋਂ ਤੁਰ ਪਿਆ। ਉਹ ਮੁੰਡਾ ਰੁੱਖਾਂ ਦੇ ਝੁੰਡ ਓਹਲੇ ਗੁਆਚ ਗਿਆ। ਵੀਰੇ ਨੇ ਬੇਲੀਆਂ ਵੱਲ ਧੌਣ ਮੋੜੀ ਅਤੇ ਬੋਲਿਆ, ਉਹ ਮੁੰਡਾ ਸਾਨੂੰ ਇੱਕ ਸਬਕ ਪੜ੍ਹਾ ਕੇ ਗਿਆ। ਸਬਕ? ਕਿਹੜਾ ਸਬਕ? ਘੁੱਲੇ ਨੇ ਉਲਝਣ ਜਿਹੀ ਚੱਖਾਂ ਚਮਕੀਆਂ। ਇਹੋ ਕਿ ਕੁਝ ਕਰਨ ਵੇਲੇ ਸੋਚ ਵਿਚਾਰ ਤੋਂ ਕੰਮ ਲੈਣਾ ਚਾਹੀਦਾ ਹੈ। ਹਾਂ ਯਾਰ, ਇਹ ਸਬਕ ਤਾਂ ਹਮੇਸ਼ਾ ਬੜਾ ਕੰਮ ਆਊ, ਭਜਨਾ ਉਤਸ਼ਾਹ ਨਾਲ ਭਰਿਆ ਹੋਇਆ ਬੋਲਿਆ। ਉਸ ਸਬਕ ਨੂੰ ਪੱਲੇ ਬੰਨ੍ਹ ਕੇ ਉਹ ਤਿੰਨੋਂ ਜਣੇ ਉੱਥੋਂ ਤੁਰ ਪਏ। ਧੰਨਵਾਦ।